ਸਤਿ ਸ਼੍ਰੀ ਅਕਾਲ ਦੋਸਤੋ, ਆਪਣਾ ਦੋਸਤ ਸੰਜੀਤ ਸਿੰਘ ਰਿਹਲ, ਵੀਜ਼ਾ ਹੱਬ ਇਮੀਗ੍ਰੇਸ਼ਨ। ਦੋਸਤੋ, ਵਾਂਸ ਅਗੇਨ ਇੱਕ ਹੋਰ ਸਕਸੈਸ ਸਟੋਰੀ, ਮਿਸਟਰ ਗਗਨਬੀਰ ਸਿੰਘ ਜੀ, ਜੋ ਕਿ ਬਿਲੋਂਗ ਕਰਦੇ ਨੇ ਅੰਮ੍ਰਿਤਸਰ ਤੋਂ। ਇਹਨਾਂ ਨੇ ਅੰਮ੍ਰਿਤਸਰ ਤੋਂ ਸਾਨੂੰ ਅਪਰੋਚ ਕੀਤਾ ਸੀ, ਸਿਰਫ ਇੱਕ ਵਾਰੀ ਆਫਿਸ ਆਏ ਸੀਗੇ, ਆਪਣੇ ਡਾਕੂਮੈਂਟ ਦੱਸੇ, ਐਂਡ ਉਸ ਤੋਂ ਬਾਅਦ ਸਾਰਾ ਸਾਰਾ ਕੰਮ ਆਨਲਾਈਨ ਹੋਇਆ। ਐਂਡ ਹੀ ਇਜ਼ ਡੂਇੰਗ ਜੋਬ, ਗਵਰਨਮੈਂਟ ਜੋਬ ਕਰਦੇ ਨੇ, ਮੈਰਿਡ ਪਰਸਨ ਨੇ, ਅੱਛੇ ਖਾਸੀ ਸੇਵਿੰਗਸ ਹੈਗੀ ਆ, ਟਰੈਵਲ ਹਿਸਟਰੀ ਨਹੀਂ ਸੀਗੀ, ਐਂਡ ਅਸੀਂ ਉਹਨਾਂ ਦਾ ਵੀਜ਼ਾ ਅਪਲਾਈ ਕੀਤਾ, ਐਂਡ ਹੀ ਗੋਟ ਦਾ ਕੈਨੇਡਾ ਟੂਰਿਸਟ ਵੀਜ਼ਾ। ਸੋ ਅਗਲੀ ਵੀਡੀਓ ਦੇਖੋ ਦੋਸਤੋ, ਮਿਸਟਰ ਗਗਨਬੀਰ ਸਿੰਘ ਜੀ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗਗਨਬੀਰ ਸਿੰਘ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ। ਇਸ ਵੀਡੀਓ ਰਾਹੀਂ ਮੈਂ ਵੀਜ਼ਾ ਹੱਬ ਇਮੀਗ੍ਰੇਸ਼ਨ ਦੇ ਸਟਾਫ ਅਤੇ ਪਰਟੀਕੁਲਰਲੀ ਮਿਸਟਰ ਰਣਜੀਤ ਸਿੰਘ ਉਹਨਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਬੜੀ ਸੂਝਬੂਝ ਦੇ ਨਾਲ ਮੇਰੀ ਕਨੇਡਾ ਟੂਰਿਸਟ ਵੀਜ਼ਾ ਦੀ ਫਾਈਲ ਤਿਆਰ ਕਰਵਾਈ ਅਤੇ ਪਹਿਲੇ ਹੀ ਸ਼ੋਟ ਦੇ ਵਿੱਚ ਮੈਨੂੰ ਕਨੇਡਾ ਦਾ ਟੂਰਿਸਟ ਵੀਜ਼ਾ ਗ੍ਰਾਂਟ ਹੋ ਗਿਆ। ਮੈਂ ਦੁਬਾਰਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਉਹਨਾਂ ਦੀ ਓਨੈਸਟ ਸਰਵਿਸ ਲਈ ਅੱਗੇ ਵੀ ਰਿਕਮੈਂਡ ਕਰਦਾ। ਧੰਨਵਾਦ ਜੀ। ਐਂਡ ਅਗਰ ਤੁਸੀਂ ਵੀ ਦੋਸਤੋ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਪਹਿਲਾਂ ਆਪਣੀ ਪ੍ਰੋਫਾਈਲ ਨੂੰ ਅਸੈਸ ਕਰੋ, ਉਸ ਤੋਂ ਬਾਅਦ ਹੀ ਵੀਜ਼ਾ ਅਪਲਾਈ ਕਰੋ। ਇਮੀਡੀਏਟ ਬੇਸਿਸ ਤੇ ਫਟਾਫਟ ਵੀਜ਼ਾ ਅਪਲਾਈ ਨਾ ਕਰੋ ਕਿ ਇਕੱਠੇ ਫੰਡ ਪਵਾ ਦਈਏ ਜਾਂ ਫਟਾਫਟ ITR ਭਰਵਾ ਦਈਏ ਜਾਂ ਪ੍ਰੋਪਰਟੀ ਰਿਪੋਰਟ, CA ਰਿਪੋਰਟ, ਆਹ ਡਾਕੂਮੈਂਟ ਲਗਾ ਕੇ ਆਪਾਂ ਵੀਜ਼ਾ ਅਪਲਾਈ ਕਰ ਦਈਏ। ਇਸ ਤਰ੍ਹਾਂ ਗਲਤੀਆਂ ਨਾ ਕਰੋ। ਪ੍ਰੋਪਰਲੀ ਮੇਨਟੇਨ ਬੈਂਕ ਸਟੇਟਮੈਂਟ ਔਰ ਵਧੀਆ ਡਾਕੂਮੈਂਟ ਦੇ ਹਿਸਾਬ ਤੋਂ ਦੇਖਦੇ ਹੋਏ ਫਿਰ ਹੀ ਵੀਜ਼ਾ ਅਪਲਾਈ ਕਰੋ, ਇਮੀਡੀਏਟ ਰਸ਼ ਨਾ ਕਰੋ। ਥੈਂਕ ਯੂ ਸੋ ਮਚ। ਤੁਹਾਡਾ ਆਪਣਾ ਦੋਸਤ ਰਣਜੀਤ ਸਿੰਘ ਰਿਹਲ ਫਰੋਮ ਵੀਜ਼ਾ ਹੱਬ ਇਮੀਗ੍ਰੇਸ਼ਨ।